ਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਯੋਗਾ ਜਿਹੜਾ ਹੈ ਉਹ ਸਾਡੇ ਦੇਸ਼ ਦੀ ਪਰੰਪਰਾ ਦਾ ਹਿੱਸਾ ਹੈ, ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹੈ, ਜਿਹਨੂੰ ਕਿ ਅਸੀਂ ਅੱਜ ਕੱਲ੍ਹ ਭੁੱਲਦੇ ਜਾ ਰਹੇ ਹਾਂ। ਮੈਂ ਵੀ ਸਵੇਰੇ ਸਵੇਰੇ ਯੋਗਾ ਕਰਦਾ, ਇਹਦੇ ਬਹੁਤ ਫਾਇਦੇ ਨੇ, ਪਰ ਅੱਜ ਕੱਲ੍ਹ ਸਾਡੀ ਬਿਜ਼ੀ ਲਾਈਫ 'ਚੋਂ ਯੋਗਾ ਜਿਹੜਾ ਉਹ ਗਾਇਬ ਹੋ ਗਿਆ। ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਉਹਨੂੰ ਅਸੀਂ ਦੁਬਾਰਾ ਇੱਕ ਲੋਕ ਲਹਿਰ ਬਣਾਉਣੀ ਚਾਹੁੰਦੇ। ਇਹਦੇ ਲਈ ਪੰਜਾਬ ਸਰਕਾਰ ਸ਼ੁਰੂ ਕਰ ਰਹੀ ਹੈ CM ਦੀ ਯੋਗਸ਼ਾਲਾ। ਪੰਜਾਬ ਦੇ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ, ਇਹਨਾਂ 4 ਸ਼ਹਿਰਾਂ 'ਚ ਜੇ ਤੁਸੀਂ ਯੋਗਾ ਕਰਨਾ ਚਾਹੁੰਦੇ ਹੋ, ਆਪਣੇ ਮੁਹੱਲੇ ਦੇ ਪਾਰਕ 'ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ, ਯੋਗਾ ਸਿੱਖਣਾ ਚਾਹੁੰਦੇ ਹੋ, ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇੰਸਟਰਕਟਰ ਭੇਜਾਂਗੇ, ਜਿਹੜੇ ਕਿ ਤੁਹਾਨੂੰ ਯੋਗਾ ਸਿਖਾਉਣਗੇ, ਤਾਂ ਕਿ ਧਿਆਨ ਅਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਡੇ ਦੇਸ਼ ਦੀ ਪਰੰਪਰਾ ਅਤੇ ਵਿਰਾਸਤ ਮੁਤਾਬਕ ਹੱਲ ਕਰ ਸਕੀਏ। ਸੋ ਬੜੀ ਜਲਦੀ ਪੰਜਾਬ ਦੇ ਹਰ ਇੱਕ ਮਹੱਲੇ 'ਚ ਮਿਲੇਗੀ ਤੁਹਾਨੂੰ ਯੋਗਾ ਦੀ ਟ੍ਰੇਨਿੰਗ, ਅਤੇ ਹਰ ਇੱਕ ਮੁਹੱਲੇ ਦੇ ਵਿੱਚ ਹੋਵੇਗੀ CM ਦੀ ਯੋਗਸ਼ਾਲਾ।